ਤਾਂ ਕਿ ਪੂਰੀ ਦੁਨੀਆ ਦੇ ਵਿੱਚ ਬੈਠੇ ਲੋਕਾਂ ਨੂੰ, ਖਾਸ ਤੌਰ 'ਤੇ ਪੰਜਾਬੀਆਂ ਨੂੰ, ਇਹ ਪਤਾ ਲੱਗੇ ਕਿ ਕਿਵੇਂ ਪੁਰਾਣੀਆਂ ਰਾਜ ਕਰਨ ਵਾਲੀਆਂ ਸਰਕਾਰਾਂ ਨੇ ਪੰਜਾਬ ਦੇ ਲੋਕਾਂ ਦੇ ਟੈਕਸ ਦੇ ਪੈਸੇ ਨੂੰ ਲੁੱਟਿਆ, ਕਿਵੇਂ ਉਹਨਾਂ ਨੇ ਸਾਰੇ ਜਿਹੜੇ ਕਾਨੂੰਨ ਬਦਲੇ ਆਪਣੇ ਹੱਕ 'ਚ ਕੀਤੇ, ਲੋਕਾਂ ਦੇ ਟੈਕਸ ਦੇ ਪੈਸੇ ਨੂੰ ਕਿਵੇਂ ਆਪਣੇ ਹਿੱਤਾਂ ਲਈ ਵਰਤਿਆ, ਕਿ ਇਹਨਾਂ ਨੇ ਜਿਹੜੇ ਵੱਡੇ ਵੱਡੇ ਹੋਟਲ ਬਣਾਏ ਨੇ ਉਹਨਾਂ ਦੀਆਂ ਨੀਹਾਂ ਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਦੇ ਲੋਕਾਂ ਦਾ ਖੂਨ ਹੈ। ਸੋ ਸਾਰੀਆਂ ਜਾਣਕਾਰੀਆਂ ਜਦੋਂ ਇਕੱਠੀਆਂ ਕਰਵਾਈਆਂ ਗਈਆਂ ਤਾਂ ਬਹੁਤ ਹੈਰਾਨੀਜਨਕ ਤੱਥ ਸਾਹਮਣੇ ਆਏ ਨੇ। ਅਤੇ ਅੱਜ ਦੀ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ, ਇਹਦੇ ਵਿੱਚ ਮੈਂ ਜਿਹੜਾ ਸੁੱਖ ਵਿਲਾਸ ਹੋਟਲ ਹੈ 7 ਸਟਾਰ, ਜਿਹਦਾ ਇੱਕ ਰਾਤ ਦਾ ਰਹਿਣ ਦਾ ਕਿਰਾਇਆ 4 ਤੋਂ 5 ਲੱਖ ਵੀ ਹੈ, ਹਰ ਕਮਰੇ ਦੇ ਪਿੱਛੇ ਪੂਲ ਹੈ, ਉਹਦੇ ਬਾਰੇ ਮੈਂ ਜਾਣਕਾਰੀ ਦੇਣੀ। ਅਸਲ 'ਚ ਉਹਦਾ ਨਾਮ ਸੁੱਖ ਵਿਲਾਸ ਨਹੀਂ ਹੈਗਾ, ਉਹਦਾ ਨਾਮ ਹੈਗਾ ਮੈਟਰੋ ਈਕੋ ਗ੍ਰੀਨ ਰਿਜ਼ੋਰਟ। 1985-86 'ਚ ਬਾਦਲ ਫੈਮਿਲੀ ਨੇ 86 ਕਨਾਲ 16 ਮਰਲੇ ਜ਼ਮੀਨ ਖਰੀਦੀ ਪੱਲਣਪੁਰ ਪਿੰਡ ਦੀ। ਇਹ ਜਿਹੜਾ ਏਰੀਆ, ਇੱਥੇ ਕੰਸਟਰਕਸ਼ਨ ਨਹੀਂ ਹੋ ਸਕਦੀ, ਫੋਰੈਸਟ ਦਾ ਏਰੀਆ। ਉਹ ਤੋਂ ਉਹਨਾਂ ਨੇ ਇੱਕ ਈਕੋ ਟੂਰਿਜ਼ਮ ਪੋਲਿਸੀ ਲਿਆਂਦੀ 2009 'ਚ। ਈਕੋ ਟੂਰਿਜ਼ਮ ਪੋਲਿਸੀ ਦੇ ਅੰਡਰ ਅਮੈਂਡਮੈਂਟ ਕਰ ਲਈ ਕਿ ਇੱਥੇ ਹੋਟਲ ਬਣ ਸਕਦਾ, ਅਤੇ ਨਾਲ ਨਾਲ ਕਾਫੀ ਹੋਰ ਅਮੈਂਡਮੈਂਟ ਆਪਣੇ ਫਾਇਦੇ ਨੂੰ ਦੇਖਦੇ ਹੋਏ ਕਰ ਲਈਆਂ। ਇੱਥੇ ਪਹਿਲਾਂ ਪੋਲਟਰੀ ਫਾਰਮ ਸੀਗਾ ਬਾਦਲ ਪਰਿਵਾਰ ਦੇ, ਅਤੇ ਫਿਰ ਉਹਨੂੰ ਬਦਲ ਕੇ ਉੱਥੇ ਹੋਟਲ ਬਣਾਉਣ ਦਾ CLU ਲੈ ਲਿਆ ਗਿਆ। ਖੁਦ ਹੀ ਸੀਗੇ ਤਾਂ CLU ਕੌਣ ਮਨਾ ਕਰ ਦੂਗਾ, ਜੋ ਆਖਰ ਦੇਣਾ ਕਿ PLPA ਪੰਜਾਬ ਲੈਂਡ ਰਿਜ਼ਰਵੇਸ਼ਨ ਐਕਟ 1900 ਦੇ ਤਹਿਤ ਉੱਥੇ ਕੋਈ ਵੀ ਕਮਰਸ਼ੀਅਲ ਐਕਟੀਵਿਟੀ ਨਹੀਂ ਕੀਤੀ ਜਾ ਸਕਦੀ। ਤਾਂ ਕੰਪਨੀ ਨੇ ਅਪਰੂਵਲ ਲੈ ਲਿਆ 7.27 ਹੈਕਟੇਅਰ ਤਕ 20 ਏਕੜ ਫੋਰੈਸਟ ਦਾ ਜਿਹੜਾ 2/3/2009 ਨੂੰ ਅਪਰੂਵਲ ਲੈ ਲਿਆ ਜੀ। ਕਿਹਤੋਂ ਲੈਣਾ ਸੀ, ਆਪ ਹੀ ਗੌਰਮੈਂਟ ਸੀ, ਆਪਣੇ ਆਪ ਤੋਂ ਹੀ ਅਪਰੂਵਲ ਲੈ ਲਿਆ। ਆਪਦੀ ਹੋਈ ਕੰਪਨੀ ਨੇ ਆਪਦੀ ਕੰਪਨੀ ਨੂੰ ਜ਼ਮੀਨ ਵੇਚਤੀ, ਇਕੱਠੀ ਕਰ ਲਈ ਜੀ। ਇਹ ਪਬਲਿਕ ਪ੍ਰਾਈਵੇਟ ਲਿਮਿਟਡ ਕੰਪਨੀ ਬਣਾਤੀ, ਪੋਕਟ ਏ 86 ਕਨਾਲ 16 ਮਰਲੇ, ਪੋਕਟ ਬੀ ਦੇ ਵਿੱਚ 55 ਕਨਾਲ 16 ਮਰਲੇ, ਪੋਕਟ ਸੀ 'ਚ 23 ਕਨਾਲ 16 ਮਰਲੇ, ਟੋਟਲ 20.8 ਏਕੜ, ਪੋਕਟ ਏ 86 ਕਨਾਲ ਐਂਡ 16 ਮਰਲੇ, ਪੋਕਟ ਬੀ 55 ਕਨਾਲ ਐਂਡ 16 ਮਰਲੇ, ਪੋਕਟ ਸੀ 23 ਕਨਾਲ ਐਂਡ 16 ਮਰਲੇ, ਟੋਟਲ 2.8 ਏਕਰਸ ਮੀਨਸ 8.42 ਹੈਕਟੇਅਰ। ਇਹ ਜ਼ਮੀਨ ਇਕੱਠੀ ਹੋ ਗਈ 20-20 ਕਿੱਲੇ। ਮਜੋਰਟੀ ਆਫ ਦਾ ਸ਼ੇਅਰ ਆਫ ਮੈਟਰੋ ਈਕੋ ਗ੍ਰੀਨ ਰਿਜ਼ੋਰਟ ਲਿਮਿਟਡ ਇਹ ਕਿਹਦੇ ਕੋਲ ਨੇ ਜੀ, ਬਾਦਲ ਪਰਿਵਾਰ ਕੋਲ। ਸੁਖਬੀਰ ਬਾਦਲ ਕੋਲ 1,83,225 ਸ਼ੇਅਰ ਨੇ ਇਸ ਪ੍ਰਾਈਵੇਟ ਲਿਮਿਟਡ ਕੰਪਨੀ ਦੇ ਮੈਟਰੋ ਈਕੋ ਗ੍ਰੀਨ ਰਿਜ਼ੋਰਟ ਦੇ, 100 ਰੁਪਇਆ ਕੀਮਤ ਦੇ 1,83,225 ਸ਼ੇਅਰ। ਮਿਸਿਸ ਹਰਸਿਮਰਤ ਕੌਰ ਬਾਦਲ ਕੋਲ 81,500 ਸ਼ੇਅਰ ਨੇ, 100 ਰੁਪਇਆ ਉਹਦੀ ਕੀਮਤ ਹੈ। ਡੱਬ ਵਾਲੀ ਟਰਾਂਸਪੋਰਟ ਕੰਪਨੀ ਪ੍ਰਾਈਵੇਟ ਲਿਮਿਟਡ ਕੋਲ 5,550 ਸ਼ੇਅਰ ਨੇ। ਸੋ ਜਿਹੜੀ ਇਹਨੂੰ ਨਿਰਮਾਣ ਕਰਨ ਦੀ ਕੰਸਟਰਕਸ਼ਨ ਦੀ ਐਕਟੀਵਿਟੀ ਰਿਜ਼ੋਰਟ ਦੀ 27/5/13 ਨੂੰ ਸ਼ੁਰੂ ਹੁੰਦੀ ਹੈ, ਅਤੇ ਉਹ ਤੋਂ ਬਾਅਦ ਕੰਸਟਰਕਸ਼ਨ ਜਿਹੜੀ ਹੈ ਉਹਦੀ ਕਮਰਸ਼ੀਅਲ ਐਕਟੀਵਿਟੀ 1/4/2016 ਨੂੰ ਸ਼ੁਰੂ ਹੋ ਜਾਂਦੀ ਹੈ। ਤਾਂ ਰਿਜ਼ੋਰਟ ਜਿਹੜਾ ਉਹ ਉਬਰਾਏ ਸੁੱਖ ਵਿਲਾਸ ਦੇ ਨਾਮ 'ਤੇ ਇਸ ਵਕਤ ਪੱਲਣਪੁਰ ਦੇ ਵਿੱਚ ਚੱਲ ਰਿਹਾ। ਹੁਣ ਆ ਜਾਂਦੇ ਹਾਂ ਜੀ, ਕੱਲ੍ਹ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਪੰਜਾਬ ਦੇ ਮੌਜੂਦਾ ਹਾਲਾਤਾਂ ਤੋਂ ਧਿਆਨ ਭਟਕਾਉਣ ਵਾਸਤੇ, ਫੋਕਸ ਲੋਕਾਂ ਦਾ ਡਾਇਵਰਟ ਕਰਨ ਵਾਸਤੇ, ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ, ਇੱਕ ਬੇਸਲੈਸ ਝੂਠਾਂ ਦਾ ਪਲੰਦਾ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਕਿ ਅੱਜ ਦੇ ਮੌਜੂਦਾ ਹਾਲਾਤਾਂ ਤੋਂ ਲੋਕਾਂ ਦਾ ਧਿਆਨ ਹਟ ਸਕੇ। ਅੱਜ ਪੰਜਾਬ ਦੇ ਵਿੱਚ ਹਾਲਾਤ ਬਣੇ ਕੀ ਹੈ, ਤਕਰੀਬਨ 20 ਦਿਨ ਹੋ ਗਏ ਪੰਜਾਬ ਦਾ ਕਿਸਾਨ ਹਰਿਆਣੇ ਦੇ ਬਾਰਡਰ ਤੇ ਬੈਠਾ। ਹਰਿਆਣੇ ਦੇ ਬਾਰਡਰ ਤੇ ਹਰਿਆਣਾ ਸਰਕਾਰ ਵੱਲੋਂ
ਹਮਲੇ ਕੀਤੇ ਜਾ ਰਹੇ ਆ ਪੰਜਾਬ ਦੇ ਕਿਸਾਨਾਂ ਤੇ, ਪੰਜਾਬ ਦੇ ਨੌਜਵਾਨਾਂ ਤੇ। ਡਰੋਨ ਰਾਹੀਂ ਗੋਲੀਆਂ ਚਲਾਈਆਂ ਗਈਆਂ, ਪੈਲੇਟਸ ਫੋੜੇ ਗਏ, ਰਬੜ ਬੁਲੇਟਸ ਮਾਰੇ ਗਏ, ਹਰ ਤਰ੍ਹਾਂ ਦਾ ਹਮਲਾ ਹੋਇਆ, ਜਿਹਦੇ ਵਿੱਚ ਇੱਕ ਸਾਡਾ ਨੌਜਵਾਨ ਸ਼ੁਭਕਰਨ ਸਿੰਘ ਸ਼ਹੀਦ ਵੀ ਹੋਇਆ। ਇਹਨਾਂ ਦੇ ਆਪਦੇ ਹੈਲਥ ਮਿਨਿਸਟਰ ਦਾ ਬਿਆਨ ਹੈ ਕਿ 250 ਤੋਂ ਉੱਪਰ ਪੰਜਾਬ ਦਾ ਕਿਸਾਨ, ਪੰਜਾਬ ਦਾ ਨੌਜਵਾਨ ਹਰਿਆਣੇ ਵੱਲੋਂ ਕੀਤੇ ਹਮਲੇ 'ਚ ਜ਼ਖਮੀ ਹੋ ਗਿਆ ਤੇ ਕਈ ਤਾਂ ਕ੍ਰਿਟੀਕਲੀ ਜ਼ਖਮੀ ਹੋ ਗਏ, ਅੱਖਾਂ ਦੀ ਰੋਸ਼ਨੀ ਵੀ ਚਲੀ ਗਈ। ਪੰਜਾਬ ਦੇ ਨੌਜਵਾਨਾਂ ਨੂੰ ਹਰਿਆਣੇ ਦੀ ਪੁਲਿਸ ਉੱਥੇ ਚੱਕ ਕੇ ਲੈ ਜਾਂਦੀ ਹੈ ਅਗਵਾਹ ਕਰਕੇ, ਇਹ ਹਾਲਾਤ ਬਣੇ ਹੋਏ ਹੈ। ਤੇ ਉਹ 250 ਜਿਹੜਾ ਕਿਸਾਨ ਜ਼ਖਮੀ ਹੋਇਆ ਜਾਂ ਅਗਵਾਹ ਕੀਤੇ ਗਏ, ਕੋਈ ਉਹਦੇ ਤੇ FIR ਨਹੀਂ ਦਰਜ ਕੀਤੀ ਜਾਂਦੀ, ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਪੰਜਾਬ ਸਰਕਾਰ ਵੱਲੋਂ। ਇੱਕ ਸਾਡਾ ਨੌਜਵਾਨ ਭਰਾ ਜਿਹੜਾ ਸ਼ਹੀਦ ਹੋਇਆ, ਉਹ ਵੀ ਇੱਕ ਹਫ਼ਤਾ ਪਰਿਵਾਰ ਨੇ ਬੋਡੀ ਰੱਖਣੀ ਪਈ ਕਿ ਅਸੀਂ ਉਹਦੀਆਂ ਅੰਤਿਮ ਰਸਮਾਂ ਸੰਸਕਾਰ ਨਹੀਂ ਕਰਾਂਗੇ ਜਦੋਂ ਤੱਕ ਤੁਸੀਂ ਇਹਦੇ 'ਚ ਪਰਚਾ ਦਰਜ ਨਹੀਂ ਕਰਦੇ। ਹਫ਼ਤੇ ਬਾਅਦ, ਪ੍ਰੋਟੈਸਟ ਦੇ ਬਾਅਦ ਜੇ ਪਰਚਾ ਵੀ ਹੋਇਆ ਤਾਂ ਹੋਇਆ ਕਿ 0 FIR ਅਣਪਛਾਤਿਆਂ ਤੇ। ਮੈਂ ਮੁੱਖ ਮੰਤਰੀ ਦੇ ਆਪਦੇ ਲਫ਼ਜ਼ਾਂ 'ਚ ਪਹਿਲਾਂ ਤਾਂ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਦਾ, ਸ਼ਾਇਦ ਉਹਨੂੰ ਮੇਰੀ ਗੱਲ ਤੋਂ ਆਪਦੇ ਲਫ਼ਜ਼ ਯਾਦ ਆ ਜਾਣਗੇ ਕਿ ਪੁਲਿਸ ਵੀ ਕਦੇ ਅਣਪਛਾਤੀ ਹੋਈ ਹੈ? ਇਹ ਮੁੱਖ ਮੰਤਰੀ ਆਪ ਕਹਿੰਦਾ ਹੁੰਦਾ ਸੀ। ਅੱਜ ਅਣਪਛਾਤੀ ਪੁਲਿਸ ਤੇ ਪਰਚਾ ਦੇ ਕੇ ਉਹਦੀ ਇਨਵੈਸਟੀਗੇਸ਼ਨ 0 FIR ਦੇ ਰਾਹੀਂ ਤੁਸੀਂ ਹਰਿਆਣਾ ਪੁਲਿਸ ਨੂੰ ਦੇਤੀ, ਤੇ ਕਿਸ ਤਰ੍ਹਾਂ ਦਾ ਇਨਸਾਫ਼ ਤੁਸੀਂ ਉਮੀਦ ਕਰਦੇ ਹੋ? MSP ਦਾ ਵਾਅਦਾ ਜਿਹੜਾ ਸਰਕਾਰ 'ਚ ਆਉਣ ਤੋਂ ਪਹਿਲਾਂ ਮੁੱਖ ਮੰਤਰੀ ਨੇ, ਅਰਵਿੰਦ ਕੇਜਰੀਵਾਲ ਨੇ, ਇੱਕ ਉਹ 5 ਮਿੰਟਾਂ ਵਾਲੀ ਬੀਬੀ ਹੈ, ਇਹਨਾਂ ਸਾਰਿਆਂ ਨੇ ਕੀਤਾ ਸੀ, ਉਸ ਵਾਅਦੇ ਤੋਂ ਵੀ ਮੁਨਕਰ ਹੋ ਗਏ? ਹਾਲਾਤ ਜਿੰਨੇ ਮਰਜ਼ੀ ਸਟੇਟ ਦੇ ਤੁਸੀਂ ਨਰੇਟ ਕਰ ਜੋ, ਦਿਨ ਬ ਦਿਨ ਵੱਧ ਤੋਂ ਬਦਤਰ ਹੁੰਦੇ ਜਾ ਰਹੇ ਹੈ। ਇਹਨਾਂ ਸਾਰੀਆਂ ਚੀਜ਼ਾਂ ਕਰਕੇ ਲੋਕਾਂ ਦਾ ਰੋਹ, ਲੋਕਾਂ ਦਾ ਗੁੱਸਾ, ਲੋਕਾਂ ਦਾ ਰੋਸ ਸਰਕਾਰ ਪ੍ਰਤੀ ਵੱਧਦਾ ਜਾ ਰਿਹਾ ਹੈ। ਅਤੇ ਸਟੇਜ ਆਰਟਿਸਟ ਹੈ ਜਿਹੜਾ ਪੰਜਾਬ ਦਾ, ਜਿਹਨੂੰ ਕੇਵਲ ਸਟੇਜ ਪਰਫੋਰਮੈਂਸ ਅਤੇ ਮਸਕਰੀ ਤੋਂ ਇਲਾਵਾ ਹੋਰ ਕੁਛ ਨਹੀਂ ਆਉਂਦਾ, ਸ਼ਾਇਦ ਉਹ ਸਮਝ ਨਹੀਂ ਸਕਿਆ ਕਿ ਸਟੇਜ ਚਲਾਉਣੀ ਅਤੇ ਸਟੇਟ ਚਲਾਉਣੀ 'ਚ ਬੜਾ ਵੱਡਾ ਅੰਤਰ ਹੈ। ਫਿਰ ਸਟੇਜ ਆਰਟਿਸਟ ਪੰਜਾਬ ਦਾ ਆਉਂਦਾ ਅਤੇ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਵੱਡੀਆਂ ਵੱਡੀਆਂ ਬੇਤੁਕੀਆਂ, ਬੇਬੁਨਿਆਦ, ਵਾਹੀਹਾਤ ਗੱਲਾਂ ਕਰਦਾ। ਵੈਸੇ ਤਾਂ ਉਹ ਜਿਹੜੀਆਂ ਬੇਵਕੂਫ ਆਨਾ ਗੱਲਾਂ ਜਿਹੜੀਆਂ ਉਹਦੀਆਂ ਹੈਗੀਆਂ, ਜਵਾਬ ਦੇਣ ਲਾਇਕ ਤਾਂ ਹੈ ਨਹੀਂ, ਪਰ ਜੇ ਕਈ ਵਾਰੀ ਕਿਸੇ ਗੱਲ ਦਾ ਜਵਾਬ ਨਾ ਦੇਈਏ ਫਿਰ ਉਹ ਕਿਤੇ ਨਾ ਕਿਤੇ ਪਰਸੈਪਸ਼ਨ ਹੋ ਜਾਂਦੀ ਹੈ ਵੀ ਸਹੀ ਨਾ ਗੱਲ ਕਰਦਾ। ਹੋ ਸੁਖ ਵਿਲਾਸ ਦੇ ਕਾਗਜ਼ ਲੈ ਕੇ, ਪਾਲਿਸੀਆਂ ਪਤਾ ਨਹੀਂ ਕਿੱਥੋਂ ਚੱਕ ਕੇ ਲਿਆ ਕੇ ਗੁੰਮਰਾਹ ਕਰਨ ਦੀ ਲੋਕਾਂ ਨੂੰ ਕੋਸ਼ਿਸ਼ ਕੀਤੀ। ਮੈਂ ਇੱਕ ਗੱਲ ਜ਼ਰੂਰ ਧਿਆਨ 'ਚ ਪੰਜਾਬ ਦੇ ਲੋਕਾਂ ਦੇ ਤੁਹਾਡੇ ਰਾਹੀਂ ਲਿਆਉਣੀ ਚਾਹੁੰਦਾ। ਪਿਛਲੇ 7 ਸਾਲਾਂ ਤੋਂ ਇਹੀ ਪ੍ਰੈਸ ਕਾਨਫਰੰਸਾਂ, ਇਹੀ ਐਲੀਗੇਸ਼ਨ, ਇਹੀ ਧਮਕੀਆਂ, ਇਹਨੂੰ ਢਾ ਦਿਆਂਗੇ ਜੀ, ਇੱਥੇ ਸਕੂਲ ਖੋਲ੍ਹ ਦਿਆਂਗੇ ਜੀ, ਇੱਥੇ ਹਸਪਤਾਲ ਬਣਾ ਦਿਆਂਗੇ ਜੀ। ਇਹ ਪਿਛਲੀ ਸਰਕਾਰਾਂ ਜਿਹੜੀਆਂ ਹੈ, ਚਾਹੇ 5 ਸਾਲ ਕਾਂਗਰਸ ਦੀ ਸਰਕਾਰ ਸੀ ਉਦੋਂ ਕਾਂਗਰਸ ਹੀ ਕਰਦੇ ਰਹੇ, ਅਤੇ ਹੁਣ 2 ਸਾਲਾਂ ਤੋਂ ਆਮ ਆਦਮੀ ਪਾਰਟੀ, ਇਹਨਾਂ ਦਾ ਰੈਵਨਿਊ ਮਿਨਿਸਟਰ ਹੁਣ ਤਾਂ ਹਟਾਤਾ ਉਹ ਟਮਾਤਰ, ਪਹਿਲਾਂ ਤਾਂ ਉਹ ਕਰਦਾ ਰਿਹਾ ਮਿਹਨਤੀ ਕਰਾਂਗੇ ਢਾ ਦਿਆਂਗੇ। ਕੱਲ੍ਹ ਮੁੱਖ ਮੰਤਰੀ ਦੀ ਹਾਲ ਵੇਖ ਲਓ, ਕਹਿੰਦਾ ਸੁੱਖ ਵਿਲਾਸ ਦੀਆਂ ਜਿਹੜੀਆਂ ਕੰਧਾਂ ਹੈ ਇਹ ਗਾਰੇ ਨਾਲ ਨਹੀਂ, ਲੋਕਾਂ ਦੇ ਖੂਨ ਨਾਲ ਚਿਣੀਆਂ ਹੋਈਆਂ। ਮੈਂ ਮੁੱਖ ਮੰਤਰੀ ਨੂੰ ਯਾਦ ਕਰਾ ਦਿਆਂ ਕਿ ਮੁੱਖ ਮੰਤਰੀ ਤੇਰੇ ਹੱਥ ਰੰਗੇ ਅੱਜ ਤਾਂ ਪੰਜਾਬ ਦੇ ਨੌਜਵਾਨ ਦੇ ਖੂਨ ਨਾਲ, ਉਸ ਖੂਨ ਦਾ ਦਾਗ ਧੋਣ ਦਾ ਤੂੰ ਜਿਹੜੀ ਕੋਸ਼ਿਸ਼ ਕਰ ਰਿਹਾ ਉਸ ਕੋਸ਼ਿਸ਼ ਦੇ ਵਿੱਚ ਸਫਲ ਨਹੀਂ ਹੋਏਗਾ। ਤੂੰ ਜਦੋਂ ਲੋਕਾਂ 'ਚ ਜਾਏਗਾ ਤੈਨੂੰ ਲੋਕ ਸਫਾਲ ਕਰਨਗੇ ਉਸ ਮੁੱਦੇ ਤੇ, ਜਿੰਨੀਆਂ ਮਰਜ਼ੀ ਬੇਤੁਕੀਆਂ ਗੱਲਾਂ ਕਰ ਲਾ, ਤੂੰ ਆਪਦਾ ਜਿਹੜਾ ਸ਼ੁਭ ਕਰਨ ਦਾ ਖੂਨ ਤੇਰੇ ਹੱਥਾਂ 'ਤੇ ਲੱਗਿਆ ਨਾ, ਉਹ ਦਾਗ ਨਹੀਂ ਧੋਤਾ ਜਾਣਾ। ਮੈਂ ਉਹਨੇ ਜਿਹੜੀਆਂ 5-4 ਐਲੀਗੇਸ਼ਨਸ ਜਿਹੜੀਆਂ ਮੈਂ ਪੁਆਇੰਟ ਬਾਏ ਪੁਆਇੰਟ ਨੋਟ ਕੀਤੀਆਂ,
ਤੁਹਾਨੂੰ ਵੀ ਕਿਤੇ ਕੋਈ ਮੇਰੀ ਗੱਲ ਕਿਸੇ ਐਲੀਗੇਸ਼ਨ 'ਚ ਤੁਹਾਨੂੰ ਲੱਗ ਜੇ ਕਿ ਮੇਰਾ ਰਿਪਲਾਈ ਰਹਿ ਗਿਆ, ਤਸੱਲੀ ਨਾਲ ਪੁੱਛ ਲਿਓ। ਅੱਜ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਸ ਇਸ਼ੂ 'ਤੇ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਣਾ ਚਾਹੀਦਾ। ਜਿਹੜੇ ਲੋਕ ਆਪਦੀਆਂ ਕਮੀਆਂ, ਸਿਆਸਤ ਦੀਆਂ ਲੁੱਟਾਂ, ਖੂਹਾਂ, ਚੋਰੀਆਂ ਛੁਪਾਉਣ ਵਾਸਤੇ ਬੇਬੁਨਿਆਦ ਗੱਲਾਂ ਕਰਦੇ ਆ, ਉਹ ਐਕਸਪੋਜ਼ ਹੋਣੇ ਚਾਹੀਦੇ ਆ ਪੰਜਾਬ ਦੇ ਲੋਕਾਂ ਦੇ ਸਾਹਮਣੇ। ਮੈਂ ਨੋਟ ਕਰਕੇ ਲਿਆਇਆ ਉਹਦੀ ਸੁਣ ਕੇ ਭਗਵੰਤ ਮਾਨ ਦੀ, 4 ਐਲੀਗੇਸ਼ਨ ਉਹਨੇ ਕੱਲ੍ਹ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਵੱਡੇ ਲਾਏ ਹੈ। ਪਹਿਲਾ ਐਲੀਗੇਸ਼ਨ,